माछीवाड़ा निकटवर्ती गांव बैरसल कला निवासी मास्टर बक्सी राम के घर से 2.35 लाख रुपए की चोरी करने के कथित आरोप में बहन जशनदीप कौर और उसके भाई आकाशदीप को गिरफ्तार किया गया है। आज प्रेस वार्ता के दौरान पुलिस प्रमुख पवित्र सिंह ने बताया कि सेवानिवृत्त अध्यापक बक्सी राम ने पुलिस को बयान दर्ज कराया कि वह गाँव में अपने घर में अकेला रहता है और 30 अगस्त को वह अपने घर को ताला लगाकर निजी काम के लिए माछीवाड़ा साहिब आया था। शाम को जब वह अपने घर लौटा तो देखा कि कमरे की अलमारी खुली हुई है और लॉकर में रखे पैसे भी गायब हैं। ਆਪਣੇ ਜੀ ਸਾਡੀ 31 ਤਰੀਕ ਨੂੰ ਮਾਸਟਰ ਬਖਸ਼ੀ ਰਾਮ ਨੇ ਸਾਨੂੰ ਇਤਲਾਹ ਦਿੱਤੀ ਸੀ ਵੀ ਮੈਂ 30 ਤਰੀਕ ਨੂੰ ਗਿਆ ਹੋਇਆ ਸੀ ਮਾਛੀਵਾੜਾ ਸਾਹਿਬ ਆਪਣੇ ਜ਼ਰੂਰੀ ਕੰਮ ਲਈ। ਮਾਸਟਰ ਬਖਸ਼ੀ ਰਾਮ ਪਿੰਡ ਬੈਰਸਲ ਕਲਾਂ ਦਾ ਰਹਿਣ ਵਾਲਾ ਜੀ, ਅਤੇ ਇਹਨੇ ਕੋਈ ਜਗ੍ਹਾ ਵੇਚੀ ਸੀ ਜਿਹੜਾ 2.5-3 ਲੱਖ ਰੁਪਈਆ ਜਮ੍ਹਾਂ ਉੱਥੇ ਪਿਆ ਸੀ ਅੰਦਰ ਅਲਮਾਰੀ 'ਚ, ਚੋਰੀ ਕਰ ਲਿਆ ਸੀ। ਉਹ ਤੋਂ FIR ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕਰ ਦਿੱਤੀ ਸੀ ਅਤੇ ਸਾਨੂੰ ਕੱਲ੍ਹ ਪਤਾ ਲੱਗ ਗਿਆ ਸੀ ਵੀ ਇੱਕ ਜਸ਼ਨਦੀਪ ਕੌਰ ਆ, ਡਾਕਟਰ ਭਜਨ ਸਿੰਘ, ਅਤੇ ਇਹਦਾ ਹੀ ਬ੍ਰਦਰ ਆ ਜੀ ਆਕਾਸ਼ਦੀਪ ਸਿੰਘ, ਪੁੱਤਰ ਭਜਨ ਸਿੰਘ, ਇਹ ਵੀ ਬੈਰਸਲ ਕਲਾਂ ਦੇ ਰਹਿਣ ਵਾਲੇ ਨੇ ਜੀ। ਇਹਨਾਂ ਨੇ ਬਖਸ਼ੀ ਰਾਮ ਜਦੋਂ ਮਾਛੀਵਾੜਾ ਸਾਹਿਬ ਨੂੰ ਆਇਆ ਸੀ ਉਹਦੀ ਗਹਿਰੀ 'ਚ ਅਲਮਾਰੀ 'ਚੋਂ ਜਿੰਦਾ ਤੋੜ ਕੇ ਚੋਰੀ ਕਰ ਲਈ ਸੀ ਅਤੇ FIR ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਜੀ। ਇਹਨੂੰ ਗ੍ਰਿਫਤਾਰ ਕਿੱਥੋਂ ਕੀਤਾ ਜੀ ਫਿਰ? ਆਪਣੇ ਜੀ ਸਾਡੀ 31 ਤਰੀਕ ਨੂੰ ਮਾਸਟਰ ਬਖਸ਼ੀ ਰਾਮ ਨੇ ਸਾਨੂੰ ਇਤਲਾਹ ਦਿੱਤੀ ਸੀ ਵੀ ਮੈਂ 30 ਤਰੀਕ ਨੂੰ ਗਿਆ ਹੋਇਆ ਸੀ।